ਰੋਪੜ ਸ਼ਹਿਰ ਦੇ ਵਿੱਚ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਪਹੁੰਚੇ ਆ 478 ਨੰਬਰ ਕੋਠੀ 'ਚ। ਇੱਥੇ ਇੱਕ ਮਾਂ ਜਿਹੜੀ ਲੈਕਚਰਰ ਰਿਟਾਇਰ ਹੋਈ ਹੋਈ ਆ ਉਹਨੂੰ ਰੈਸਕਿਊ ਕਰਨ ਲਈ ਆਏ ਆ। ਸਾਨੂੰ ਬਹੁਤ ਸਾਰੀਆਂ ਵੀਡੀਓ ਮਿਲੀਆਂ ਸੀ ਜਿਹਦੇ ਵਿੱਚ ਮਾਤਾ ਜੀ ਨੂੰ ਬਹੁਤ ਸਾਰੇ ਅਲੱਗ ਅਲੱਗ ਤਰੀਕਿਆਂ ਨਾਲ ਪ੍ਰਤਾੜਿਤ ਕੀਤਾ ਜਾਂਦਾ, ਕੁੱਟਿਆ ਮਾਰਿਆ ਜਾਂਦਾ ਸੀ, ਵਾਲ ਪੱਟੇ ਜਾ ਰਹੇ ਸੀ। ਪਤਾ ਨਹੀਂ ਇਸ ਮਾਂ ਦੀ ਕਿੰਨੀ ਕੁ ਤਕੜੀ ਜਾਨ ਆ ਵੀ ਜਿਹੜੀ ਇੰਨੀ ਕੁੱਟ ਖਾ ਰਹੀ ਹੈ, ਦੇਖ ਕੇ ਆਪਣੇ ਆਪ ਨੂੰ ਸ਼ਰਮ ਆਉਂਦੀ ਸੀ ਵੀ ਅਸੀਂ ਵੀ ਇਸ ਸੁਸਾਇਟੀ ਦਾ ਹਿੱਸਾ। ਇਹਨਾਂ ਦੇ ਬੇਟਾ ਐਡਵੋਕੇਟ ਨੇ ਅੰਕੁਰ ਜਿਹੜੇ ਹੈਗੇ ਨੇ ਵਰਮਾ ਜੀ, ਇਹਨਾਂ ਦੇ ਨੂੰਹ ਆ ਜਿਹੜੇ ਉਹ ਬਹੁਤ ਜ਼ਿਆਦਾ ਕੁੱਟ ਰਹੇ, ਪੋਤਰਾ ਬਹੁਤ ਜ਼ਿਆਦਾ ਕੁੱਟ ਰਿਹਾ, ਤਿੰਨੋਂ ਮੈਂਬਰ ਕੁੱਟ ਰਹੇ ਨੇ ਅਤੇ ਵੀਡੀਓ ਕੈਮਰਾ ਇਹਨਾਂ ਦੇ ਅੰਦਰ ਲੱਗਿਆ ਹੋਇਆ, ਖੁਦ ਹੀ ਲਵਾਇਆ ਹੋਇਆ ਇਹਨਾਂ ਦਾ ਕੈਮਰਾ ਅੰਦਰ, ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਇੱਥੇ। ਇਸ ਕੈਮਰੇ ਦਾ ਐਕਸੈਸ ਜਿਹੜਾ ਉਹ ਮਾਤਾ ਜੀ ਨੇ ਖੁਦ ਆਪਣੇ ਬੇਟੀ ਨੂੰ ਦਿੱਤਾ ਇੱਥੇ ਆਈ ਨੂੰ ਮਿਲਣ, ਆਈ ਨੂੰ ਵੀ ਪੁੱਤ ਮੈਨੂੰ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਹੈ, ਤੂੰ ਕੋਈ ਹੱਲ ਕਰ। ਫਿਰ ਉਹਨਾਂ ਨੇ ਸਾਡੇ ਪਹਿਲਾਂ ਉਹਨੇ 15 ਦਿਨਾਂ ਤੋਂ ਸੰਪਰਕ ਕੀਤਾ ਆਪਣੇ ਰਿਸ਼ਤੇਦਾਰਾਂ ਨਾਲ, ਪਰ ਇਹਨਾਂ ਦੇ ਵਕੀਲ ਹੋਣ ਦੇ ਕਰਕੇ ਰਿਸ਼ਤੇਦਾਰ ਡਰਦਾ ਕੋਈ ਅੱਗੇ ਨਹੀਂ ਆਇਆ। ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕੱਲ੍ਹ ਰਾਤ, ਅੱਜ ਅਸੀਂ ਸਵੇਰੇ ਪ੍ਰਸ਼ਾਸਨ ਨਾਲ ਗੱਲ ਕੀਤੀ, ਮੌਕੇ ਦੇ DSP ਸਾਹਿਬ ਪਹੁੰਚੇ ਨੇ, ਸਿਟੀ SHO ਸਾਹਿਬ ਪਹੁੰਚੇ, ਇਹਨੂੰ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ। ਬਿਲਕੁਲ, ਅਸੀਂ ਜਿਵੇਂ ਇਹ ਆਪਣੇ ਕੋਲ ਮੁਕਤਾ ਦੀ ਸੇਵਾ ਦੀ ਟੀਮ ਨੇ ਸਾਡੇ ਨਾਲ ਅਪਰੋਚ ਕੀਤਾ, ਇਹਦੀ ਬੇਟੀ ਸੋਰੀ ਇਹਨਾਂ ਦੀ ਬੇਟੀ ਦੀਪਸ਼ਿਖਾ ਉਹ ਆਈ, ਅਸੀਂ ਸਾਰਾ ਜੋ ਵੀ ਲੀਗਲ ਪ੍ਰੋਸੈਸ ਟੀਮ ਮੁਕਤਾ ਦੀ ਸੇਵਾ ਲਗਾਤਾਰ ਸਾਡੇ ਨਾਲ ਜੁੜੀ ਹੋਈ ਹੈ। ਅਸੀਂ ਜਦੋਂ ਵੀ ਸਾਡੇ ਕੋਲ ਆਏ ਅਸੀਂ ਸਾਰੀਆਂ ਲੀਗਲ ਫਾਰਮੈਲਿਟੀਆਂ, ਇਹਨਾਂ ਨੂੰ ਵੀ ਅਸੀਂ ਬੜਾ ਬੜਾ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਟੀਮ ਦਾ, ਕਿ ਅਸੀਂ ਚੰਗੇ ਕਰਮ ਕਰ ਰਹੇ ਹਾਂ ਔਰ ਸਾਡੇ ਮੋਰਚੇ ਚੰਗੀ ਗੱਲ ਮਿਲੀ ਜਿਹਦੇ ਵਿੱਚ ਅਸੀਂ ਸਮਾਜ ਨੂੰ ਕੋਈ ਹੋਰ ਕਿਹੋ ਜਿਹਾ ਸਖਤ ਕਾਰਵਾਈ ਕਰਕੇ ਸੁਨੇਹਾ ਦੇ ਸਕਦੇ। ਰੋਪੜ ਸ਼ਹਿਰ ਦੇ ਵਿੱਚ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਪਹੁੰਚੇ ਹਾਂ 478 ਨੰਬਰ ਕੋਠੀ 'ਚ। ਇੱਥੇ ਇੱਕ ਮਾਂ ਜਿਹੜੀ ਲੈਕਚਰਰ ਰਿਟਾਇਰ ਹੋਈ ਹੋਈ ਆ ਉਹਨੂੰ ਰੈਸਕਿਊ ਕਰਨ ਲਈ ਆਏ ਹਾਂ। ਸਾਨੂੰ ਬਹੁਤ ਸਾਰੀਆਂ ਵੀਡੀਓ ਮਿਲੀਆਂ ਸੀ ਜਿਹਦੇ ਵਿੱਚ ਮਾਤਾ ਜੀ ਨੂੰ ਬਹੁਤ ਸਾਰੇ ਅਲੱਗ ਅਲੱਗ ਤਰੀਕਿਆਂ ਨਾਲ ਪ੍ਰਤਾੜਿਤ ਕੀਤਾ ਜਾਂਦਾ, ਕੁੱਟਿਆ ਮਾਰਿਆ ਜਾਂਦਾ ਸੀ, ਵਾਲ ਪੱਟੇ ਜਾ ਰਹੇ ਸੀ। ਪਤਾ ਨਹੀਂ ਇਸ ਮਾਂ ਦੀ ਕਿੰਨੀ ਕੁ ਤਕੜੀ ਜਾਨ ਆ ਵੀ ਜਿਹੜੀ ਇੰਨੀ ਕੁੱਟ ਖਾ ਰਹੀ ਹੈ, ਦੇਖ ਕੇ ਆਪਣੇ ਆਪ ਨੂੰ ਸ਼ਰਮ ਆਉਂਦੀ ਸੀ ਵੀ ਅਸੀਂ ਵੀ ਇਸ ਸੁਸਾਇਟੀ ਦਾ ਹਿੱਸਾ। ਇਹਨਾਂ ਦੇ ਬੇਟਾ ਐਡਵੋਕੇਟ ਨੇ ਅੰਕੁਰ ਜਿਹੜੇ ਹੈਗੇ ਨੇ ਵਰਮਾ ਜੀ, ਇਹਨਾਂ ਦੇ ਨੂੰਹ ਆ ਜਿਹੜੇ ਉਹ ਬਹੁਤ ਜ਼ਿਆਦਾ ਕੁੱਟ ਰਹੇ, ਪੋਤਰਾ ਬਹੁਤ ਜ਼ਿਆਦਾ ਕੁੱਟ ਰਿਹਾ, ਤਿੰਨੋਂ ਮੈਂਬਰ ਕੁੱਟ ਰਹੇ ਨੇ ਅਤੇ ਵੀਡੀਓ ਕੈਮਰਾ ਇਹਨਾਂ ਦੇ ਅੰਦਰ ਲੱਗਿਆ ਹੋਇਆ, ਖੁਦ ਹੀ ਲਵਾਇਆ ਹੋਇਆ ਇਹਨਾਂ ਦਾ ਕੈਮਰਾ ਅੰਦਰ, ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਇੱਥੇ। ਇਸ ਕੈਮਰੇ ਦਾ ਐਕਸੈਸ ਜਿਹੜਾ ਉਹ ਮਾਤਾ ਜੀ ਨੇ ਖੁਦ ਆਪਣੇ ਬੇਟੀ ਨੂੰ ਦਿੱਤਾ ਇੱਥੇ ਆਈ ਨੂੰ ਮਿਲਣ, ਆਈ ਨੂੰ ਵੀ ਪੁੱਤ ਮੈਨੂੰ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਹੈ, ਤੂੰ ਕੋਈ ਹੱਲ ਕਰ। ਫਿਰ ਉਹਨਾਂ ਨੇ ਸਾਡੇ ਪਹਿਲਾਂ ਉਹਨੇ 15 ਦਿਨਾਂ ਤੋਂ ਸੰਪਰਕ ਕੀਤਾ ਆਪਣੇ ਰਿਸ਼ਤੇਦਾਰਾਂ ਨਾਲ, ਪਰ ਇਹਨਾਂ ਦੇ ਵਕੀਲ ਹੋਣ ਦੇ ਕਰਕੇ ਰਿਸ਼ਤੇਦਾਰ ਡਰਦਾ ਕੋਈ ਅੱਗੇ ਨਹੀਂ ਆਇਆ। ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕੱਲ੍ਹ ਰਾਤ, ਅੱਜ ਅਸੀਂ ਸਵੇਰੇ ਪ੍ਰਸ਼ਾਸਨ ਨਾਲ ਗੱਲ ਕੀਤੀ, ਮੌਕੇ ਦੇ DSP ਸਾਹਿਬ ਪਹੁੰਚੇ ਨੇ, ਸਿਟੀ SHO ਸਾਹਿਬ ਪਹੁੰਚੇ, ਇਹਨੂੰ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ। ਬਿਲਕੁਲ, ਅਸੀਂ ਜਿਵੇਂ ਆਪਣੇ ਕੋਲ ਮੁਕਤਾ ਦੀ ਸੇਵਾ ਦੀ ਟੀਮ ਨੇ ਸਾਡੇ ਨਾਲ ਅਪਰੋਚ ਕੀਤਾ, ਇਹਦੀ ਬੇਟੀ ਸੋਰੀ ਇਹਨਾਂ ਦੀ ਬੇਟੀ ਦੀਪਸ਼ਿਖਾ ਉਹ ਆਈ, ਅਸੀਂ ਸਾਰਾ ਜੋ ਵੀ ਲੀਗਲ ਪ੍ਰੋਸੈਸ ਟੀਮ ਮੁਕਤਾ ਦੀ ਸੇਵਾ ਲਗਾਤਾਰ ਸਾਡੇ ਨਾਲ ਜੁੜੀ ਹੋਈ ਹੈ। ਅਸੀਂ ਜਦੋਂ ਵੀ ਸਾਡੇ ਕੋਲ ਆਏ ਅਸੀਂ ਸਾਰੀਆਂ ਲੀਗਲ ਫਾਰਮੈਲਿਟੀਆਂ, ਇਹਨਾਂ ਨੂੰ ਵੀ ਅਸੀਂ ਬੜਾ ਬੜਾ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਟੀਮ ਦਾ, ਕਿ ਅਸੀਂ ਚੰਗੇ ਕਰਮ ਕਰ ਰਹੇ ਹਾਂ ਔਰ ਸਾਡੇ ਮੋਰਚੇ ਚੰਗੀ ਗੱਲ ਮਿਲੀ ਜਿਹਦੇ ਵਿੱਚ ਅਸੀਂ ਸਮਾਜ ਨੂੰ ਕੋਈ ਹੋਰ ਕਿਹੋ ਜਿਹਾ ਸਖਤ ਕਾਰਵਾਈ ਕਰਕੇ ਸੁਨੇਹਾ ਦੇ ਸਕਦੇ।